ਸੁਰਖੀ ਬਿੰਦੀ ਜੀ ਇੱਕ ਕੁੜੀ ਦੀ ਕਹਾਣੀ ਹੈ ਜਿਹਦਾ ਬਾਹਰ ਜਾਣਾ ਸ਼ੌਂਕ ਹੈ, ਜਿਹਦਾ ਇੱਕ ਵਿਆਹ ਦਾ ਸੁਪਨਾ ਹੈ ਕਿ ਉਹਦਾ ਘਰ ਵਾਲਾ ਬਹੁਤ ਅਮੀਰ ਹੋਵੇ, ਬੜਾ ਉਹਦਾ ਖਿਆਲ ਰੱਖੇ, ਪਰ ਉਹਦਾ ਵਿਆਹ ਇੱਕ ਕੰਪੈਨਾਂ ਦੀ ਕੰਪਨੀ 'ਚ 15,000 ਵਾਲਾ ਵਰਕਰ ਆ ਜਿਹੜਾ ਕਮਾਈ ਕਰਦਾ ਉਹਦੇ ਨਾਲ ਵਿਆਹ ਹੋ ਜਾਂਦਾ, ਤਾਂ ਫਿਰ ਕਿੱਦਾਂ ਉਹਦੇ ਸੁਪਨੇ ਜਿਹੜੇ ਉਹਨੂੰ ਡੁੱਬਦੇ ਲੱਗਦੇ ਆ। ਉਸ ਤੋਂ ਬਾਅਦ ਫਿਲਮ ਦੀ ਸਕ੍ਰਿਪਟ, ਫਿਲਮ ਪੂਰੀ ਤੁਹਾਨੂੰ ਦੱਸੇਗੀ ਕਿ ਫਿਲਮ 'ਚ ਕੀ ਹੁੰਦਾ, ਉਹਦਾ ਸੁਪਨਾ ਪੂਰਾ ਹੁੰਦਾ ਜਾਂ ਨਹੀਂ ਹੁੰਦਾ, ਹਸਬੈਂਡ ਵਾਈਫ ਦਾ ਰੋਮੈਂਸ ਆ, ਬਹੁਤ ਨਵੀਆਂ ਗੱਲਾਂ ਨੇ, ਬਹੁਤ ਵੱਖਰੀ ਤਰ੍ਹਾਂ ਦੀ ਕਾਮੇਡੀ ਆ ਜਿਹੜੀ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ, ਔਰ ਫਿਲਮ ਦੇ ਡਾਇਲੋਗ ਬੜੀ ਨਵੀਂ ਬੋਲੀ ਵਰਤੀ ਆ, ਰੁਪਿੰਦਰ ਇੰਦਰਜੀਤ ਨੇ ਡਾਇਰੈਕਟਡ, ਜਗਦੀਪ ਸਿੱਧੂ ਨੇ, ਔਰ ਫਿਲਮ ਦੀ ਜਿਹੜੀ ਪ੍ਰੋਡਕਸ਼ਨ ਹੈ, ਪ੍ਰੋਡਿਊਸਰ ਟੀਮ ਹੈ ਉਹ ਸ਼੍ਰੀ ਨਰੋਤਮ ਜੀ ਪ੍ਰੋਡਕਸ਼ਨ ਐਂਡ ਜ਼ੀ ਸਟੂਡੀਓ ਡਿਸਟ੍ਰੀਬਿਊਟ ਕਰ ਰਹੇ ਨੇ। ਉਹ ਸੂਟਾਂ ਉੱਤੇ ਵਰਕ ਕਰਾ ਦੂੰ ਜੱਟੀਏ, ਤੜਕੇ ਨੂੰ ਬੈਂਟਲੇ ਦਵਾ ਦੂੰ ਜੱਟੀਏ, ਗੱਭਰੂ ਨੇ ਸਾਕ ਨਹੀਂ 42 ਮੋੜ 'ਤੇ, ਸਹੁੰ ਤੇਰੀ ਤੂੰ ਹੀ ਆ ਪਸੰਦ ਜੀ ਕਰੀ, 10 ਦੀ ਡਿਮਾਂਡਾਂ ਪੂਰਾ ਸੰਗ ਨਾ ਕਰੀ, ਨਖਰੇ ਵਿਖਾ ਕੇ ਜੱਟ ਤੰਗ ਨਾ ਕਰੀ। ਸਰਗੁਣ ਨਾਲ ਮੇਰਾ ਦੋਸਤ ਆ, ਅਸੀਂ ਬਹੁਤ ਵਧੀਆ ਦੋਸਤ ਹਾਂ ਜੀ, ਕੋ ਐਕਟਰਾਂ ਦੋਸਤ ਹਾਂ, ਕੰਮ ਵੀ ਇਕੱਠੇ ਕੀਤਾ ਔਰ ਕੰਮ ਦੇ ਨਾਲ ਨਾਲ ਅਸੀਂ ਬਹੁਤ ਇੰਜੋਏ ਕੀਤਾ, ਸਾਡੀ ਸ਼ੂਟਿੰਗ ਨੂੰ ਬਹੁਤ ਇੰਜੋਏ ਕੀਤਾ, ਅਤੇ ਬਹੁਤ ਨਵੀਆਂ ਨਵੀਆਂ ਚੀਜ਼ਾਂ ਮੈਨੂੰ ਸਿੱਖਣ ਤੋਂ ਮਿਲੀਆਂ ਸਰਗੁਣ ਨੂੰ, ਸੋ ਬਹੁਤ ਵਧੀਆ ਲੱਗਿਆ ਸਾਰਾ ਕੁਛ। ਬਹੁਤ ਵਧੀਆ ਲੱਗਿਆ ਜੀ, ਵੈਸੇ ਵੀ ਮਤਲਬ ਗੁਰਨਾਮ ਦੋਸਤ ਆ ਵੱਖ ਗੱਲ ਆ, ਬਟ ਐਜ਼ ਅ ਕੋ ਐਕਟਰ ਵੀ ਬਹੁਤ ਵਧੀਆ ਨੇ, ਬਹੁਤ ਫੋਕਸ ਨੇ, ਬਹੁਤ ਹਾਰਡ ਵਰਕਿੰਗ ਨੇ, ਅਤੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਿਸ ਪੇਜ 'ਤੇ ਤੁਸੀਂ ਹੋ ਜਦੋਂ ਤੁਸੀਂ ਸੀਨ ਕਰ ਰਹੇ ਹੋ, ਤੁਹਾਡਾ ਕੋ ਐਕਟਰ ਵੀ ਉੱਦਾਂ ਹੀ ਸੋਚ ਰਿਹਾ ਹੋਏ, ਤਾਂ ਉਸ ਸਟੈਪ ਵੀ ਸਾਡੀ ਟਿਊਨਿੰਗ ਮੈਚ ਕਰਦੀ ਹੈ, ਆਫ ਸਕਰੀਨ ਵੀ ਸਾਡੀ ਟਿਊਨਿੰਗ ਮੈਚ ਕਰਦੀ ਹੈ, ਤਾਂ ਅਸੀਂ ਬਹੁਤ ਮਜ਼ਾ ਕੀਤਾ। ਦੇਖੋ ਮੈਨੂੰ ਲੱਗਦਾ ਕਿ ਹਿੰਦੀ, ਮੈਨੂੰ ਤਾਂ ਆਪ ਡਾਊਟ ਹੁੰਦਾ ਕਿ ਹਿੰਦੀ ਫਿਲਮਾਂ 'ਤੇ ਅਸੀਂ ਕਿਉਂ ਰੀਮੇਕ ਬਣਾਉਂਦੇ ਹਾਂ, ਬਿਕੋਜ਼ ਹਿੰਦੀ ਫਿਲਮਾਂ ਤਾਂ ਅਸੀਂ ਸਾਰਿਆਂ ਨੇ ਦੇਖੀ ਹੋਈ ਹੈ ਨਾ, ਕੋਈ ਪੰਜਾਬੀ ਦਾ ਹਿੰਦੀ 'ਚ ਰੀਮੇਕ ਬਣਾਏ ਤਾਂ ਇੱਕ ਤਾਂ ਡਿਫਰੈਂਟ ਹੁੰਦਾ, ਦੂਜਾ ਅਸੀਂ ਬਹੁਤ ਛੋਟੀ ਆਡੀਅੰਸ ਨੇ ਦੇਖਿਆ ਹੁੰਦਾ ਅਤੇ ਵੱਡੀ ਆਡੀਅੰਸ ਦੇ ਕੋਲ ਜਾਂਦਾ, ਅਤੇ ਉਹ ਮੈਨੂੰ ਨਹੀਂ ਸਮਝ ਆਇਆ ਕੋਨਸੈਪਟ ਜਿਹਾ, ਬਟ ਹੋ ਸਕਦਾ ਅਸੀਂ ਕਦੇ ਕੁਝ ਡਿਫਰੈਂਟ ਕਰ ਲਈਏ ਹੈ ਨਾ ਉਸ ਰੀਮੇਕ ਨਾਲ। ਸੁਰਖੀ ਬਿੰਦੀ ਇੱਕ ਫਰੈਸ਼ ਕੋਨਸੈਪਟ ਹੈ, ਨਵਾਂ ਕੋਨਸੈਪਟ ਹੈ, ਸਾਡੇ ਆਪਣੇ ਘਰਾਂ ਦਾ ਕੋਨਸੈਪਟ ਹੈ ਨਾ, ਪੰਜਾਬ ਦਾ ਕੋਨਸੈਪਟ ਹੈ, ਪੰਜਾਬ ਨੇ ਐਕਚੁਅਲੀ ਬਹੁਤ ਨੈਸ਼ਨਲ ਕੋਨਸੈਪਟ ਹੈ, ਕੁੜੀਆਂ ਦੀ ਗੱਲ ਆ, ਰੀਝਾਂ ਦੀ ਗੱਲ ਆ, ਇੱਕ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੀ ਗੱਲ ਆ, ਕਿੱਦਾਂ ਇੱਕ ਹਸਬੈਂਡ ਆਪਣੀ ਵਾਈਫ ਦੀਆਂ ਰੀਝਾਂ ਨੂੰ ਆਪਣੇ ਤੋਂ ਵੀ ਅੱਗੇ ਰੱਖਦਾ। ਬਸ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਕਨੇਡਾ ਲੈ ਜਾਓ, ਅਤੇ ਇਹ ਕਹਿੰਦੇ ਵੀ ਕਨੇਡਾ ਕਿੱਥੇ ਜਾਇਆ ਜਾਣਾ। ਦਰਅਸਲ ਫਿਲਮ ਹੈ ਜੀ, ਫਿਲਮ ਜਦੋਂ ਸਟਾਰਟ ਹੁੰਦੀ ਹੈ ਤਾਂ ਤੁਹਾਨੂੰ ਗੱਲਾਂ ਬਿਲੀਵੇਬਲ ਜਿਹੀਆਂ ਨਹੀਂ ਲੱਗਦੀਆਂ ਕਿ ਯਾਰ ਇੱਦਾਂ ਕਿਵੇਂ ਹੋਊਗਾ, ਹੈ ਨਾ, ਕਿਉਂਕਿ ਉਹ ਜਿਹੜੇ ਘਰ 'ਚ ਰਹਿੰਦੇ ਆ, ਜਿਹੜੇ ਮਾਹੌਲ 'ਚ ਰਹਿੰਦੇ ਆ, ਉਹ ਮਾਹੌਲ 'ਚੋਂ ਬਾਹਰ ਨਿਕਲ ਕੇ ਕੁਛ ਅਚੀਵ ਕਰਨਾ ਉਹ ਇੰਪੋਸੀਬਲ ਜਿਹਾ, ਭਾਵੇਂ ਉਹ ਪੈਸਾ ਭਾਵੇਂ ਉਹ ਸਮਾਜ ਆ, ਅਤੇ ਬਹੁਤ ਵੱਖਰੀ ਕਾਮੇਡੀ ਆ, ਕਿਵੇਂ ਫਿਲਮ ਗਰੋ ਕਰਦੀ ਆ ਇਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ। ਅਸੀਂ ਸਿਰਫ ਤੁਹਾਨੂੰ ਇਹ ਕਹਿਣਾ ਹੈ ਕਿ ਤੁਸੀਂ ਸਾਡੀ ਫਿਲਮ ਆ ਰਹੀ ਹੈ, ਤੁਸੀਂ ਟ੍ਰੇਲਰ ਦੇਖੋ, ਗਾਣੇ ਸੁਣੋ, ਤੁਹਾਡਾ ਜੀ ਕਰੇ ਤਾਂ ਤੁਸੀਂ ਫਿਲਮ ਦੇਖਣ ਜਾਓ। ਮੈਨੂੰ ਹੋਰ ਨਹੀਂ ਕੁਝ ਚਾਹੀਦਾ, ਮੇਰੀ ਤਾਂ ਦੁਨੀਆ, ਮੈਨੂੰ ਸਿੰਗਿੰਗ ਨਹੀਂ ਆਉਂਦੀ, ਮੈਨੂੰ ਸਿੰਗਿੰਗ ਨਾ ਕਰਾਓ। ਮੈਂ ਪਹਿਲਾਂ ਵੀ ਕਿਸੇ ਨੂੰ ਦੱਸ ਰਹੀ ਸੀ ਕਿ ਅਸੀਂ ਸੀਨ ਤੋਂ ਪਹਿਲਾਂ ਬਹੁਤ ਡਾਂਸ ਕਰਦੇ ਸੀ, ਮੇਰੀ ਵੈਨਿਟੀ 'ਚ ਪੂਰੀ ਪਾਰਟੀ ਵਾਰਟੀ ਕਰਕੇ ਪੂਰੀ ਟੀਮ, ਮੇਰੀ ਟੀਮ, ਉਹਦੀ ਟੀਮ, ਪੂਰੇ ਡਾਂਸ ਡੂੰਸ ਕਰਕੇ ਜਾਂਦੀ ਸੀ। ਜੇ ਮੇਰੇ ਅਗਲੇ ਕੋਈ ਐਕਟਰ ਨੇ ਉਹ ਨਾ ਕੀਤਾ ਤਾਂ ਮੈਂ ਬਹੁਤ ਮਿਸ ਕਰੂੰਗੀ। ਮੈਂ ਜਦੋਂ ਇੰਨੀ ਵਧੀਆ, ਕਈ ਵਾਰੀ ਹੁੰਦਾ ਕਿ ਤੁਸੀਂ ਉੱਦਾਂ ਦੇ ਕੋਈ ਐਕਟਰਸ ਨਾਲ ਕੰਮ ਕਰਦੇ ਆ ਜਿਹੜੇ ਬਹੁਤ ਰਿਜ਼ਰਵਡ ਹੁੰਦੇ ਆ, ਤਾਂ ਇੱਕ ਤਾਂ ਮੈਂ ਨਵਾਂ, ਇੱਕ ਜੋ ਐਕਟਰ ਉੱਦਾਂ ਦਾ ਹੋਵੇ ਤਾਂ ਹੈ ਨਾ, ਫਿਰ ਤੁਸੀਂ ਡਰ ਡਰ ਕੇ ਜੇ ਕੰਮ ਕਰਦੇ ਆ। ਮੈਨੂੰ ਸਰਗੁਣ ਨੇ ਔਰ ਜਗਦੀਪ ਵੀਰੇ ਨੇ ਮੈਨੂੰ ਬਹੁਤ ਆਪਣਾ ਬਣਾ ਕੇ ਰੱਖਿਆ, ਬਹੁਤ ਜਿਵੇਂ ਕੋਈ ਨਵਾਂ ਜਵਾਕ ਹੁੰਦਾ ਤਾਂ ਆਪਾਂ ਵੈਲਕਮ ਕਰਦੇ ਹਾਂ ਇੰਡਸਟਰੀ 'ਚ, ਉਹਦਾ ਇਹਨਾਂ ਨੇ ਮੈਨੂੰ ਬਹੁਤ ਬਹੁਤ ਸਪੇਸ ਦਿੱਤੀ। ਮੈਨੂੰ ਇੰਨਾ ਇੱਦਾਂ ਲੱਗਿਆ ਹੀ ਨਹੀਂ ਕਿ ਮੈਂ ਕੋਈ ਪਹਿਲੀ ਦੂਜੀ ਫਿਲਮ ਕਰ ਰਿਹਾ, ਸੋ ਮੇਰੇ ਲਈ ਮਾਹੌਲ ਬੜਾ ਪੋਜ਼ਿਟਿਵ ਸੀਗਾ, ਤਾਂ ਮੈਂ ਜੋ ਪਰਫੋਰਮ ਕਰਨਾ ਚਾਹੁੰਦਾ ਸੀ, ਜੋ ਮੈਂ ਆਪਦੀਆਂ ਗੱਲਾਂ ਕਹਿਣੀਆਂ ਚਾਹੁੰਦਾ ਸੀ, ਮੇਰੀਆਂ ਸੁਣਦੇ ਸੀ, ਔਰ ਜਿੱਦਾਂ ਸਰਗੁਣ ਨੇ ਬਹੁਤ ਮਿਆਰ ਦਾ ਕੰਮ ਕੀਤਾ, ਭਾਵੇਂ ਉਹ ਬਾਲੀਵੁੱਡ ਹੋਵੇ ਭਾਵੇਂ ਬਾਲੀਵੁੱਡ ਹੋਵੇ, ਤਾਂ ਉਨੀ ਹਲੀਮੀ ਆ ਉਹਨਾਂ 'ਚ, ਐਜ਼ ਅ ਪਰਸਨ ਉਨੇ ਹੀ ਚੰਗੇ ਨੇ, ਸੋ ਚੰਗੇ ਲੋਕਾਂ ਨਾਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਸਾਰਾ ਕੁਛ ਚੰਗਾ ਹੀ ਹੁੰਦਾ ਜੀ। ਜੀ ਮੇਰੇ ਖਿਆਲ 'ਚ ਕੋਈ ਗੱਲ ਰਹਿ ਨਹੀਂ ਗਈ, ਪਰ ਫਿਰ ਵੀ ਤੁਸੀਂ ਟ੍ਰੇਲਰ ਚੈੱਕ ਕਰੋ, ਔਰ ਉਮੀਦ ਕਰਦੇ ਹਾਂ ਕਿ ਤੁਸੀਂ 30 ਅਗਸਤ ਨੂੰ ਫਿਲਮ ਦੇਖਣ ਜਾਓਗੇ। ਐਡਵਾਂਸ ਬੁਕਿੰਗ ਓਪਨ ਹੋ ਜੂਗੀ ਜੀ ਵੈਨਸਡੇ ਈਵਨਿੰਗ ਨੂੰ, ਤੁਸੀਂ ਆਪਣੀ ਆਪਣੀਆਂ ਟਿਕਟਾਂ ਕਰਾ ਲਓ, ਗਾਣੇ ਸੁਣੋ, ਮੂਵੀ ਦੇਖੋ, ਮਸਤੀ ਕਰੋ, ਇੰਨਾ ਨਾ ਸੋਚੋ। Thank you.